ਕਪੂਰ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ 'ਚ ਹੈ ਅਤੇ ਜੋ ਘਟਨਾ ਸਾਹਮਣੇ ਆਈ ਹੈ ਬਿਲਕੁਲ ਹੈਰਾਨੀਜਨਕ ਹੈ। ਕੈਦੀ ਦੀ ਪਿੱਠ ਦੇ ਪਿੱਛੇ ਗੈਂਗਸਟਰ ਲਿਖਿਆ ਹੋਇਆ ਹੈ ਅਤੇ ਤਸਵੀਰ ਜੋ ਸਾਹਮਣੇ ਆਈ ਹੈ ਉਹ ਦਿਲ ਨੂੰ ਹਲੂਣ ਕੇ ਰੱਖ ਦੇਣ ਵਾਲੀ ਹੈ। ਜੀ ਹਾਂ, ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਕੈਦੀ ਦੀ ਪਿੱਠ ਦੇ ਪਿੱਛੇ ਗੈਂਗਸਟਰ ਲਿਖਿਆ ਹੋਇਆ ਹੈ ਅਤੇ ਮਾਮਲਾ ਲਗਾਤਾਰ ਭਾਗਦਾ ਜਾ ਰਿਹਾ ਹੈ। ਬੀਤੇ ਦਿਨ ਹੀ ਹਵਾਲਾਤੀ ਬੈਂਚ ਦੀ ਗੈਂਗਸਟਰ ਲਿਖਣ ਦੇ ਮਾਮਲੇ ਦੇ ਵਿੱਚ ਹੁਣ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਹਵਾਲਾਤੀ ਤਰਸੀਮ ਸਿੰਘ ਖਿਲਾਫ਼ ਚੜਾਇਆ ਥਾਣਾ ਸਦਰ ਫਿਰੋਜ਼ਪੁਰ ਦੇ ਵਿੱਚ ਕੇਸ ਦਰਜ ਕਰ ਲਿਆ ਗਿਆ। ਪਰ 15 ਤੋਂ ਵੱਧ ਅਪਰਾਧਿਕ ਕੇਸ ਇਸਦੇ ਖਿਲਾਫ਼ ਪਹਿਲਾਂ ਤੋਂ ਹੀ ਦਰਜ ਨੇ ਅਤੇ ਇਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕਰਨ ਦੇ ਲਈ ਆਪਣੀ ਪਿੱਠ 'ਤੇ ਗੈਂਗਸਟਰ ਲਿਖ ਕੇ ਆਪਣੀ ਡਿਊਟੀ ਦੇ ਵਿੱਚ ਵਿਘਨ ਪਾਇਆ। ਹੋਰ ਕੀ ਕੁਝ ਕਹਿਣਾ ਹੈ ਇਸ ਬਾਬਤ ਪੁਲਿਸ ਅਧਿਕਾਰੀ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਵਰਲਡ ਫੇਮਸ ਮੀਆਂ ਕਾਦਰ ਅਲੀ ਇਲਮਾਂ ਦੇ ਮਾਹਿਰ ਏ ਟੂ ਜ਼ੈਡ ਸਮੱਸਿਆ ਦਾ ਫੋਨ ਤੇ ਘਰ ਬੈਠੇ ਸਮਾਧਾਨ। ਤੁਹਾਡੇ ਸ਼ਹਿਰ ਵਿੱਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ, ਘਰ ਬੈਠੇ 3 ਘੰਟੇ ਵਿੱਚ ਪਾਓ 101% ਸਮਾਧਾਨ। ਵਸ਼ੀਕਰਨ ਮੁੱਠਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ ਵਿੱਚ ਪਰੇਸ਼ਾਨੀ, ਘਰ ਵਿੱਚ ਝਗੜਾ, ਔਲਾਦ ਦਾ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪਤੀ ਪਤਨੀ ਵਿੱਚ ਝਗੜਾ, ਰੁੱਸੇ ਨੂੰ ਮਨਾਉਣਾ, ਸੌਤਨ ਤੋਂ ਛੁਟਕਾਰਾ ਪਾਉਣਾ, ਦੁਸ਼ਮਣ ਦਾ ਨਾਸ਼, ਵਸ਼ੀਕਰਨ ਕਰਵਾਉਣਾ, ਜਾਦੂ ਟੂਣਾ ਮਨਮੋਹਣੀ ਵਸ਼ੀਕਰਨ ਕਰਨਾ ਜਾਂ ਕਰਵਾਉਣਾ। ਸੰਪਰਕ ਕਰੋ ਹੁਣੇ ਮੀਆਂ ਕਾਦਰ ਅਲੀ 8954549921। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਨੂੰ ਵਟਸਐਪ ਤੇ ਕਾਲ ਕਰਕੇ ਹਰ ਸਮੱਸਿਆ ਦਾ ਸਮਾਧਾਨ ਪਾ ਸਕਦੇ ਹੋ। ਮਾਮਲਾ ਜੀ, ਇੱਕ ਪੱਤਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵੱਲੋਂ ਵਸੂਲ ਹੋਇਆ ਸੀ, ਜਿਸ ਵਿੱਚ ਉਹਨਾਂ ਨੇ ਲਿਖਿਆ ਸੀਗਾ ਤਰਸੇਮ ਸਿੰਘ ਉਰਫ ਜੋਧਾ, ਜੋ ਕਿ ਢਿੱਲਵਾਂ ਕਲਾਂ ਜ਼ਿਲ੍ਹਾ ਕਪੂਰਥਲਾ ਰਹਿਣ ਵਾਲਾ ਹੈ, ਡਾਕੇ ਦੇ ਮੁਕੱਦਮੇ ਵਿੱਚ ਬਤੌਰ ਹਵਾਲਾਤੀ ਹੈ। ਉਹਦੇ ਹੋਰ ਵੀ ਤਕਰੀਬਨ 15 ਕੇਸ ਦਰਜ ਨੇ ਗੇ ਵੱਖ ਵੱਖ ਧਰਾਵਾਂ ਅਧੀਨ। ਉਸਨੇ ਆਪਣੇ ਨਾ ਕਿਸੇ ਕੈਦੀ ਨਾਲ ਜਾਂ ਹੋਰ ਕਿਸੇ ਨਾਲ ਮਿਲੀ ਭੁਗਤ ਕਰਕੇ ਆਪਦੀ ਪਿੱਠ ਦੇ ਉੱਪਰ ਗੈਂਗਵਾਰ ਸ਼ਬਦ ਲਿਖਾਇਆ ਸੀ, ਗੈਂਗਸਟਰ ਸ਼ਬਦ ਲਿਖਾਇਆ ਸੀਗਾ, ਅਤੇ ਜਿਸ ਨਾਲ ਮਤਲਬ ਕਿ ਇਹ ਆਮ ਲੋਕਾਂ ਦੇ ਦਹਿਸ਼ਤ ਦਾ ਮਾਹੌਲ ਬਣ ਜਾਂਦਾ। ਉਸ ਤਿਹਾਰ ਦੇ ਬਹਾਉ ਦੇ ਆਧਾਰ 'ਤੇ ਹੀ ਉਹ ਲੋਕਾਂ ਤੋਂ ਫਰੋਖੀਆਂ ਮੰਗਦੇ ਨੇ। ਇਸ ਕਰਕੇ ਅਸੀਂ ਉਸ ਨੂੰ ਮੁੱਖ ਰੱਖਦੇ ਹੋਏ ਇਹਦੇ ਖਿਲਾਫ਼ ਜਿਹੜੇ ਹੈ ਮੁਕੱਦਮਾ ਦਰਜ ਕੀਤਾ। ਇਸ ਤੋਂ ਪਹਿਲਾਂ ਇਸ ਤੋਂ ਕਿਹੜੇ ਮੁਕੱਦਮੇ ਦਰਜ ਨੇ? ਇਹਦੇ ਹੋਰ ਵੱਖੋ ਵੱਖ ਧਰਾਵਾਂ ਦੇ ਵੱਖੋ ਵੱਖ ਜ਼ਿਲ੍ਹਿਆਂ ਦੇ ਵਿੱਚ ਮੁਕੱਦਮੇ ਦਰਜ ਨੇ। ਇੱਕ ਪੁਲਿਸ ਰਹਿਣ ਕੋਲ ਕਿੰਨੇ ਨੇ? 15 ਠੀਕ ਹੈ। ਇਸ ਘਟਨਾ ਨੇ ਜਿੱਥੇ ਸਵਾਲ ਵੱਡੇ ਖੜੇ ਕੀਤੇ ਨੇ ਉੱਥੇ ਹੀ ਚਿੰਤਾ ਵੀ ਵਧਾਈ ਹੈ। ਸਵਾਲ ਸਭ ਤੋਂ ਵੱਡਾ ਇਹ ਕਿ ਆਖਰ ਜੇਲ੍ਹ ਦੇ ਵਿੱਚ ਅਜਿਹੀ ਘਟਨਾ ਕਿਵੇਂ ਵਾਪਰ ਸਕਦੀ ਹੈ। ਉਸ ਤੋਂ ਵੀ ਵੱਡਾ ਸਵਾਲ ਇਹ ਕਿ ਇਹ ਕਿਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਕਿਉਂਕਿ ਪੁਖਤਾ ਪ੍ਰਬੰਧ ਹੁੰਦੇ ਨੇ, ਸੁਰੱਖਿਆ ਦੇ ਹੋਣ ਜਾਂ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਹੈ ਅਜਿਹੇ ਦੇ ਵਿੱਚ। ਜਿਵੇਂ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਿਹੜਾ ਕਾਰਨਾਮਾ ਹੈ ਇਸ ਵੱਲੋਂ ਖੁਦ ਕੀਤਾ ਗਿਆ ਹੈ, ਅਤੇ ਜੇਕਰ ਇਹ ਕਾਰਨਾਮਾ ਉਸ ਵੱਲੋਂ ਖੁਦ ਵੀ ਕੀਤਾ ਗਿਆ ਹੈ ਤਾਂ ਕਿਵੇਂ ਇਹ ਮੁਮਕਿਨ ਹੈ ਕਿ ਕੋਈ ਆਪਣੀ ਪਿੱਠ ਦੇ ਉੱਤੇ ਇਸ ਤਰ੍ਹਾਂ ਲਿਖ ਲਵੇ? ਪਰ ਜੇਕਰ ਇਹ ਸਭ ਕੁਝ ਕਰਨ ਦੇ ਵਿੱਚ ਕਿਸੇ ਦੂਸਰੇ ਕੈਦੀ ਨੇ ਉਸਦੀ ਮਦਦ ਕੀਤੀ ਹੈ ਤਾਂ ਫਿਰ ਜੇਲ੍ਹ ਦੇ ਵਿੱਚ ਰੋਡ ਕਿੱਥੋਂ ਆਈ ਅਤੇ ਅਜੇ ਰੋਡ ਜਾਂ ਸਰੀਆ ਜਾਂ ਫਿਰ ਕਿਹੜੀ ਅਜਿਹੀ ਚੀਜ਼ ਸੀ ਇਹ ਗਰਮ ਕੀਤੀ ਗਈ ਅਤੇ ਇਹਨੂੰ ਇੰਨਾ ਜ਼ਿਆਦਾ ਗਰਮ ਕਰਨ ਦਾ ਇੰਤਜ਼ਾਮ ਕਿੱਥੋਂ ਹੋਇਆ? ਖੈਰ, ਸਵਾਲ ਵੱਡੇ ਨੇ। ਹਾਲਾਂਕਿ ਅਸਲ ਸੱਚਾਈ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਰੋਜ਼ਪੁਰ ਤੋਂ ਸੁਖਚੈਨ ਸੈਣੀ ਦੇ ਨਾਲ ਸਕਾਈ ਨਿਊਜ਼ ਪੰਜਾਬ। ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।